ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ MS Word ਨੂੰ ਆਪਣੇ Android ਮੋਬਾਈਲ ਤੇ ਕਿਵੇਂ ਚਲਾਇਆ ਜਾ ਸਕਦਾ ਹੈ। ਉਸ ਲਈ ਤੁਸੀਂ ਕੀ ਕਰਨਾ ਹੈ, ਆਪਣੇ ਮੋਬਾਈਲ ਦੇ Play Store ਵਿੱਚ ਜਾ ਕੇ ਟਾਈਪ ਕਰਨਾ ਹੈ MS Word। ਇੱਥੇ ਤੁਹਾਨੂੰ MS Word ਤੇ Office ਦੀਆਂ ਕਾਫੀ ਸਾਰੀਆਂ ਐਪਸ ਦਿਖਾਈ ਦੇਣਗੀਆਂ, ਲੇਕਿਨ ਤੁਸੀਂ ਸਿਲੈਕਟ ਕਰਨੀ ਹੈ Microsoft Word Write and Edit। उस ऐप उत्ते टैप करना है, इंस्टॉल उत्ते क्लिक करना है। इंस्टॉल होने तो बाद ओपन ते टैप करना है, अलाउ करांगे। ਤੁਹਾਨੂੰ ਇਹ ਸਕਰੀਨ ਦਿਖਾਈ ਦੇਗੀ ਜਿੱਥੇ ਤੁਸੀਂ ਆਪਣਾ ਈਮੇਲ ਐਡਰੈਸ ਭਰਨਾ ਹੈ। ਜੇਕਰ ਤੁਸੀਂ ਆਪਣਾ ਈਮੇਲ ਐਡਰੈਸ ਨਹੀਂ ਭਰਨਾ ਚਾਹੁੰਦੇ ਤਾਂ ਨੀਚੇ ਸਾਈਨ ਇਨ ਲੇਟਰ ਲਿਖਾ ਹੈ, ਉਸ ਦੇ ਉੱਪਰ ਟੈਪ ਕਰੋ। ਨੈਕਸਟ ਤੇ ਕਲਿੱਕ ਕਰਾਂਗੇ। ਡੋਂਟ ਸੈਂਡ ਆਪਸ਼ਨਲ ਡਾਟਾ ਜਾਂ ਫਿਰ ਐਕਸੈਪਟ ਐਂਡ ਸੈਂਡ ਆਪਸ਼ਨਲ ਡਾਟਾ, ਜਿਸ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ ਚਾਹੁੰਦੇ ਹੋ ਕਲਿੱਕ ਕਰੋ। ਕਲੋਜ਼। ਹੁਣ ਦੁਬਾਰਾ ਤੁਹਾਡੇ ਤੋਂ साइन इन दी ऑप्शन मंगी जा रही है। जेकर तुसी साइन इन नहीं करना चाहते तो ऊपर प्लस का निशान है, उस ऊपर क्लिक करांगे। हुन तुहानू इत्थे MS Word दे काफ़ी सारे टैंपलेट्स दिखाई दे रहे हैं, जिन्हां नू तुसी थोड़े बहुत चेंजेस करके वरत सकते हो। जेकर तुसी बिल्कुल खाली डॉक्यूमेंट खोलना है तो ब्लैक डॉक्यूमेंट ते क्लिक करो, तुहानू बिल्कुल खाली डॉक्यूमेंट दिखाई दे देगा। ਹੁਣ ਤੁਸੀਂ ਸੋਚ ਰਹੇ ਹੋਗੇ ਕਿ MS Word ਵਿੱਚ ਜੋ ਆਪਸ਼ਨ ਦਿਖਾਈ ਦਿੰਦੀਆਂ ਹਨ, ਜੋ ਮੀਨੂ ਦਿਖਾਈ ਦਿੰਦਾ ਹੈ, ਉਹ ਇੱਥੇ ਦਿਖਾਈ ਨਹੀਂ ਦੇ ਰਿਹਾ, ਪਰ ਐਕਚੁਅਲ ਵਿੱਚ ਉਹ ਸਾਰੇ ਆਪਸ਼ਨ ਇੱਥੇ ਮੌਜੂਦ ਹਨ। ਤੁਹਾਨੂੰ ਆਪਣੀ ਸਕਰੀਨ 'ਤੇ ਇੱਕ ਐਰੋ ਬਟਨ ਦਿਖਾਈ ਦੇ ਰਿਹਾ ਹੋਵੇਗਾ, ਉਸ ਬਟਨ 'ਤੇ ਕਲਿੱਕ ਕਰੋਗੇ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਏਗਾ ਹੋਮ। ਹੋਮ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਸਾਰੇ ਉਹ ਮੀਨੂ ਦਿਖਾਈ ਦੇਣਗੇ ਜੋ ਤੁਸੀਂ ਆਪਣੇ ਕੰਪਿਊਟਰ ਦੇ MS Word ਵਿੱਚ ਦੇਖਦੇ ਹੋ। ਉਸ ਤੋਂ ਬਾਅਦ ਜੇਕਰ ਤੁਸੀਂ ਫੌਂਟ ਚੇਂਜ ਕਰਨਾ ਹੈ ਤਾਂ ਫੌਂਟ 'ਤੇ ਕਲਿੱਕ ਕਰੋ ਅਤੇ ਕਿਸੇ ਵੀ ਫੌਂਟ ਦੀ ਚੋਇਸ ਕਰੋ। ਜੇਕਰ ਫੌਂਟ ਦਾ ਸਾਈਜ਼ ਚੇਂਜ ਕਰਨਾ ਹੈ ਤਾਂ ਫੌਂਟ ਦਾ ਸਾਈਜ਼ ਚੇਂਜ ਕਰ ਸਕਦੇ ਹੋ, ਬੋਲਡ, ਇਟੈਲਿਕ, ਅੰਡਰਲਾਈਨ। ਉਸ ਤੋਂ ਬਾਅਦ ਫੌਂਟ ਦਾ ਕਲਰ ਚੇਂਜ ਕਰਨ ਲਈ ਆਪਸ਼ਨਸ ਹੈ, ਬੁਲਟ, ਤੁਸੀਂ ਕੋਈ ਵੀ ਤਰ੍ਹਾਂ ਦਾ ਬੁਲਟ ਲਗਾ ਸਕਦੇ ਹੋ, ਨੰਬਰਿੰਗ ਦੇ ਸਕਦੇ ਹੋ। ਉਸ ਤੋਂ ਬਾਅਦ ਅਲੱਗ ਤਰ੍ਹਾਂ ਦੀਆਂ ਅਲਾਈਨਮੈਂਟਸ ਹੈ, ਪੈਰਾਗ੍ਰਾਫ ਫਾਰਮੈਟਿੰਗ ਜਿਸ ਵਿੱਚ ਇੰਡੈਂਟ ਆਪਸ਼ਨ ਹੈ, ਲਾਈਨ ਸਪੇਸਿੰਗ ਚੇਂਜ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਡਾਕੂਮੈਂਟਸ ਕੁਝ ਫਾਇੰਡ ਕਰਨਾ ਚਾਹੁੰਦੇ ਹੋ ਤਾਂ ਫਾਇੰਡ ਦੀ ਆਪਸ਼ਨ ਵੀ ਅਵੇਲੇਬਲ ਹੈ। ਉਸ ਤੋਂ ਬਾਅਦ ਦੂਸਰਾ ਮੈਨੂੰ ਖੋਲ੍ਹਾਂਗੇ ਇਨਸਰਟ। ਇਸ ਵਿੱਚ ਉਹ ਸਾਰੇ ਆਪਸ਼ਨ ਦਿਖਾਈ ਦੇਣਗੇ ਜੋ ਤੁਹਾਨੂੰ ਆਪਣੇ ਕੰਪਿਊਟਰ ਦੇ MS Word ਵਿੱਚ ਦਿਖਾਈ ਦਿੰਦੇ ਹੈ, ਜਿਵੇਂ ਬਲੈਂਕ ਪੇਜ ਜੇ ਤੁਸੀਂ ਟੇਬਲ ਇਨਸਰਟ ਕਰਨਾ ਚਾਹੁੰਦੇ ਹੋ, ਪਿਕਚਰ ਇਨਸਰਟ ਕਰਨਾ ਚਾਹੁੰਦੇ ਹੋ, ਸ਼ੇਪਸ, ਟੈਕਸਟ ਬਾਕਸ, ਲਿੰਕ, ਹੈਡਰ, ਫੁੱਟਰ, ਪੇਜ ਨੰਬਰ, ਕੋਈ ਇਕੁਏਸ਼ਨ ਇਨਸਰਟ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਹੈ ਡਰਾ ਮੀਨੂ, ਜਿਸ ਵਿੱਚ ਸਭ ਤੋਂ ਪਹਿਲੀ ਆਪਸ਼ਨ ਹੈ ਡਰਾ ਵਿਦ ਮਾਊਸ ਔਰ ਟੱਚ। ਜੇਕਰ ਤੁਸੀਂ ਇਸ 'ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਆਪਣੀ ਉਂਗਲੀ ਨਾਲ ਕੁਛ ਵੀ ਡਰਾ ਕਰ ਸਕਦੇ ਹੋ। ਉਸ ਤੋਂ ਬਾਅਦ ਸਟ੍ਰੋਕ ਰੇਜ਼ਰ, ਇੱਥੇ ਤੁਸੀਂ ਜੋ ਤੁਸੀਂ ਆਪਣੀ ਡਰਾ ਕੀਤਾ ਹੈ ਉਸਨੂੰ ਮਿਟਾ ਸਕਦੇ ਹੋ। ਉਸ ਤੋਂ ਬਾਅਦ ਲੇਆਊਟ ਮੀਨੂ ਹੈ, ਲੇਆਊਟ ਮੀਨੂ ਵਿੱਚ ਵੀ ਉਹ ਸਾਰੀਆਂ ਆਪਸ਼ਨਸ ਅਵੇਲੇਬਲ ਹੈ ਜੋ MS Word ਵਿੱਚ ਹੁੰਦੀਆਂ ਹੈ, ਜਿਵੇਂ ਪੇਜ ਦਾ ਮਾਰਜਨ ਚੇਂਜ ਕਰਨਾ ਹੈ, ਓਰੀਐਂਟੇਸ਼ਨ ਚੇਂਜ ਕਰਨੀ ਹੈ, ਪੇਜ ਦਾ ਸਾਈਜ਼, ਇੱਕ ਪੇਜ 'ਤੇ ਤੁਹਾਨੂੰ ਕਿੰਨੇ ਕਾਲਮ ਚਾਹੀਦੇ ਹਨ। ਪੇਜ ਬ੍ਰੇਕ, ਫਿਰ ਰਿਵਿਊ ਮੀਨੂ ਹੈ, ਉਸ ਤੋਂ ਬਾਅਦ ਵਿਊ ਮੀਨੂ। ਹੁਣ ਇੱਥੇ ਆਪਾਂ ਕੁਛ ਲਿਖ ਕੇ ਦੇਖਦੇ ਹਾਂ, ਜਿਵੇਂ ਦਿਸ ਇਜ਼ ਮਾਈ ਕੰਪਿਊਟਰ। ਉਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਇਸ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹੋ
तो उपर तुहानू सज्जे पासे तीन डॉट्स दिखाई दे रहे हैं। डॉट्स से क्लिक करोगे, सेव ऑप्शन से क्लिक करोगे, इत्थे सब तो पहला तुहाडी फाइल का नाम डॉक्यूमेंट दिखाई दे रहा है। जेकर तुसीं इह नाम बदलना चाहते हो तो रीनेम दिस फाइल से क्लिक करके इत्थे अपने डॉक्यूमेंट का नाम दे के एंटर बटन दबाओगे, तुहाडा डॉक्यूमेंट सेव हो जाएगा। जेकर तुसीं इसनूं किसी नाल शेयर करना चाहते हो तो शेयर ऑप्शन इसनूं पीडीएफ दी तरह शेयर करना चाहते हो तो शेयर एज पीडीएफ। बच्चों उम्मीद है तुहानूं यह वीडियो चंगी तरह समझ आ गई होगी। जेकर वीडियो चंगी लगी तो चैनल नूं सबसक्राइब करना, वीडियो नूं लाइक ते शेयर करना ते कमेंट बॉक्स विच दसना तुहानूं वीडियो कहो जिही लगी। थैंक यू।